ਲਗਭਗ 2 ਸਾਲ ਪਹਿਲਾਂ ਇੱਕ 13 ਸਾਲਾਂ ਨਾਬਾਲਗ ਲੜਕੀ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਆਰੋਪੀਆਂ ਖਿਲਾਫ ਕਾਰਵਾਈ ਨਾ ਹੋਣ ਤੇ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਖਦਾਈ ਗੱਲ ਹੈ ਕਿ ਇਹ ਨਾਬਾਲਗ ਬੱਚੀ ਗੋਦ ਵਿੱਚ 9 ਮਹੀਨੇ ਦੀ ਬੇਟੀ ਨੂੰ ਲੈ ਕੇ ਇਨਸਾਫ ਦੀ ਉਡੀਕ ਕਰ ਰਹੀ ਹੈ। ਭਾਰਤ ਦੇਸ਼ ਵਿੱਚ ਔਰਤਾਂ ਅਤੇ ਨਾਬਾਲਗ ਕੁੜੀਆਂ ਨਾਲ ਰੇਪ ਦੇ ਮਾਮਲਿਆਂ 'ਚ ਕੋਈ ਕਟੌਤੀ ਨਹੀਂ ਹੋ ਰਹੀ ਅਤੇ ਕਾਨੂੰਨ ਵੀ ਦੋਸ਼ੀਆਂ ਨੂੰ ਨੱਥ ਪਾਉਣ 'ਚ ਸਹਾਈ ਨਹੀਂ ਹੋ ਰਿਹਾ। ਇਸ ਮਾਮਲੇ 'ਚ ਨਾਬਾਲਗਾਂ ਨੂੰ ਇਨਸਾਫ ਦਵਾਉਣ ਲਈ ਭਾਰਤ ਨਗਰ ਚੌਕ ਵਿਖੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਦੋਸਤੋ, ਫੇਰ ਇੱਕ ਜ਼ਿੰਦਗੀ ਦਾ ਨੰਗਾ ਨਾਚ ਸਾਹਮਣੇ ਆਇਆ। ਸਾਡੇ ਪਤਾ ਨਹੀਂ ਸਰਕਾਰਾਂ ਸੁੱਤੀਆਂ ਪਈਆਂ, ਘੁੰਮ ਕਰਨ ਦੀਆਂ ਨੀਂਦ ਸੁੱਤੀਆਂ ਪਈਆਂ, ਜਿਹੜਾ ਕਿ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਆਹ ਇੱਕ ਭੈਣ 13 ਸਾਲ ਜਿਹਦੇ ਨਾਲ ਬਲਾਤਕਾਰ ਹੋਇਆ ਸੀ 1.5 ਸਾਲ ਪਹਿਲਾਂ, ਅੱਜ 9 ਮਹੀਨੇ ਦਾ ਬੱਚਾ ਹੋ ਗਿਆ। ਇਹ ਨੇ ਸੱਚਾਈ ਸਾਡੀਆਂ ਸਰਕਾਰਾਂ ਦੀ, ਕਾਨੂੰਨ ਵਿਵਸਥਾ ਖਤਮ ਹੋ ਚੁੱਕਾ ਸਾਡੇ ਪੁੱਤੇ 'ਚ। ਕਿੱਥੇ ਜਾ ਰਿਹਾ ਸਾਡਾ ਸੁਭਾਅ? ਹੈਵਾਨੀਅਤ ਜਿੱਤ ਰਹੀ ਹੈ, ਇਨਸਾਨੀਅਤ ਹਾਰ ਰਹੀ ਹੈ। ਦਰਿੰਦਗੀ ਦਾ ਨੰਗਾ ਨਾਚ ਸਾਹਮਣੇ ਆ ਰਿਹਾ। ਦਰਿੰਦੇ ਸ਼ਰੇਆਮ ਸਾਡੇ ਸ਼ਹਿਰਾਂ 'ਚ ਘੁੰਮਦੇ ਪਏ ਆ, ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਗੁੰਮ ਕਰਨ ਦੀਆਂ ਨੀਂਦ ਸੁੱਤੀਆਂ ਪਈਆਂ। ਆਹ ਸਾਡੇ ਵੀਰ ਸਾਥੀ ਜਿਹੜੀ ਲੜਾਈ ਲੜ ਰਹੇ ਆ, ਮੈਂ ਕਹੂੰਗਾ ਆਪਣੇ ਖਾਸ ਕਰਨ ਆਪਣੇ ਵਿਚਾਰ ਦੀਵਾਨ ਟੋਟਲ ਇਹ ਪਰਿਵਾਰ ਸਾਡੇ ਕੋਲ 20 ਦਿਨ ਪਹਿਲਾਂ ਆਇਆ ਸੀਗਾ। ਇਹ ਬੱਚੀ ਦਾ 13 ਸਾਲ ਦੀ ਬੱਚੀ ਆ, ਇਹਦੀਆਂ 9 ਮਹੀਨਿਆਂ ਦੀ ਧੀ ਆ ਜਿਹਦੇ ਨਾਲ ਰੇਪ ਹੋਇਆ ਵਾ ਇਹ ਬੱਚੀ। ਫਿਰ ਉਹਨਾਂ 'ਤੇ FIR ਦਰਜ ਆ, ਪਰ ਹਜੇ ਤੱਕ ਅਸੀਂ CM ਸਾਹਿਬ ਕੋਲ ਵੀ ਜਾਏ ਹਾਂ, ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਲਟਾ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ, ਇਸ ਧੀ ਨੂੰ ਤੰਗ ਕੀਤਾ ਜਾ ਰਿਹਾ। ਉੱਥੋਂ ਰਹਿੰਦਾ ਖੁਦਾ ਜਿਸ ਪਿੰਡ 'ਚ ਪਤਾ ਲੱਗ ਜਾਂਦਾ ਵੀ ਇਹ ਬੱਚੀ ਰਹਿ ਰਹੀ ਆ, ਲੋਕ ਧੱਕੇ ਮਾਰ ਕੇ ਕੱਢ ਦਿੰਦੇ ਆ ਵੀ ਕੁਵਾਰੀ ਕੁੜੀ ਮਾਂ ਬਣੀ ਹੋਈ ਆ, ਸਾਡੇ ਬੱਚੇ ਖਰਾਬ ਹੋਣਗੇ। ਇਸ ਬੱਚੀ ਨੂੰ ਇਨਸਾਫ ਦਿਵਾਉਣ ਦੀ ਬਜਾਏ ਇਹ ਬੱਚੀ ਨਾਲ ਥਾਂ ਥਾਂ 'ਤੇ ਧੱਕਾ ਹੋ ਰਿਹਾ। ਪਰਿਵਾਰ ਇਹਦੇ ਕੋਲ 2 ਮਰਲੇ ਜਗ੍ਹਾ ਸੀਗੀ, 2 ਮਰਲੇ ਜਗ੍ਹਾ ਵੀ ਕਿਸੇ ਨੇ ਵਿਕਾ ਦਿੱਤੀ ਵੀ ਪੈਸੇ ਲਾ ਵਕੀਲ ਕਰ। ਉਹਨੇ 2 ਮਰਲੇ ਜਗ੍ਹਾ ਵੇਚ ਕੇ ਵਕੀਲ ਨੂੰ ਪੈਸੇ ਦੇ ਤੇ, ਉਹ ਵਕੀਲ ਵੀ ਪੈਸੇ ਖਾ ਕੇ ਜਿਹੜਾ ਭੱਜ ਗਿਆ। ਅੱਜ ਵਿਚਾਰਾ ਕਿਤੇ ਉਸ ਪਿੰਡ ਕਿਤੇ ਉਸ ਪਿੰਡ, ਕੀ ਕਸੂਰ ਆ? ਸਿਰਫ ਕੁੜੀ ਨਾਲ ਰੇਪ ਹੋਇਆ, ਜਿਹੜੇ ਬੰਦੇ ਰੇਪ ਕੀਤਾ ਉਹ ਨਜ਼ਾਰੇ ਨਾਲ AC ਵਾਲੀ ਹਵਾ ਲੈ ਰਿਹਾ। ਅਤੇ ਸਾਡਾ ਇੰਨਾ ਮਾੜਾ ਹਾਲ ਆ, ਅੱਜ ਕੋਈ ਬੰਦੇ ਇੱਥੇ ਇਕੱਠੇ ਵੀ ਨਹੀਂ, ਹੈ ਨਾ? ਜਿੰਨੇ ਅਸੀਂ ਪਰਸੋਂ ਦੇ ਪੋਸਟਾਂ ਪਾਉਂਦੇ ਹਾਂ, ਕਿਸੇ ਕੋਈ ਵੱਡਾ ਹੰਗਾਰਾ ਨਹੀਂ ਮਿਲਿਆ। ਜਿੱਦਾਂ 2 ਥੱਪੜਾਂ ਦੇ ਵੱਜ ਕੇ ਲੁਧਿਆਣਾ ਜਾਮ ਹੋ ਗਿਆ ਸੀਗਾ, ਇਹ ਬੱਚੀ ਸਭ ਤੋਂ ਧੀਆਂ ਨਾਲ ਜਿਹੜਾ ਰੇਪ ਹੋ ਰਿਹਾ, ਬਲਾਤਕਾਰ ਹੋ ਰਿਹਾ, ਆਪਾਂ ਉਦੋਂ ਜਾ ਕੇ ਜਦੋਂ ਆਪਣੀਆਂ ਧੀਆਂ ਨੂੰ ਵੀ ਹੱਥ ਪਾਊਗਾ? ਇੱਦਾਂ ਦੇ ਜਿਹੜੇ ਦਰਿੰਦੇ ਆ ਉਹਨਾਂ ਨੂੰ ਧੌਣੋ ਫੜ ਫੜ ਕੇ ਬਾਹਰ ਕੱਢਣਾ ਚਾਹੀਦਾ। ਬਾਕੀ ਵਕੀਲ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਸਾਡਾ। ਮੈਂ ਜੀ ਸੰਗਤ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਲੋਕੋ ਜਾਗੋ। ਮੇਰਾ ਨਾਮ ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ, ਮੈਂ ਉਰੇ ਲੁਧਿਆਣੇ ਪ੍ਰੈਕਟਿਸ ਕਰਦਾ ਹਾਂ। ਜਵਾਨ ਟੂਟਰਬਲ ਚੈਰੀਟੇਬਲ ਸੁਸਾਇਟੀ ਦੇ ਮੁਖੀ ਲੱਖਾ ਜੀ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ, ਕਹਿੰਦੇ ਵਕੀਲ ਸਾਹਿਬ 2 ਸਾਲ ਹੋ ਗਏ, ਦਸੰਬਰ 2017 ਵਿੱਚ ਕੁੜੀ ਨਾਲ ਰੇਪ ਹੋਇਆ ਸੀਗਾ, 22 ਸਾਲ ਦੇ ਮੁੰਡੇ ਨੇ ਰੇਪ ਕੀਤਾ ਸੀ, ਉਦੋਂ ਕੁੜੀ 13 ਸਾਲਾਂ ਦੀ ਸੀਗੀ। ਅੱਜ ਦੇਖ ਲਓ ਤੁਸੀਂ ਜੂਨ 2019, 6 ਮਹੀਨੇ ਬੱਚੀ ਦੇ ਮਾਂ ਪਿਓ ਨੂੰ ਪਤਾ ਨਹੀਂ ਲੱਗਿਆ, ਬੱਚੀ ਨੂੰ ਪਤਾ ਨਹੀਂ ਲੱਗਿਆ ਵੀ ਕੀ ਇਸ ਬੱਚੀ ਦੇ ਨਾਲ ਦਰਦਨਾਕ ਘਟਨਾ ਹੋਈ ਆ। 2-3 ਵਾਰ ਉਹ ਬੰਦੇ ਨੇ ਬੱਚੀ ਦੇ ਨਾਲ ਰੇਪ ਕੀਤਾ, ਉਸ ਤੋਂ ਬਾਅਦ ਜਾਨੋਂ ਮਾਰ ਗਈ, ਧਮਕੀਆਂ ਦਿੱਤੀਆਂ। 6 ਮਹੀਨੇ ਬਾਅਦ ਬੋਡੀ ਦੀ ਮੂਵਮੈਂਟ ਹੋਣ 'ਤੇ ਘਰਦਿਆਂ ਨੂੰ ਪਤਾ ਲੱਗਿਆ ਵੀ ਸਾਡੀ ਕੁੜੀ ਦੀ ਪ੍ਰੈਗਨੈਂਟ ਹੋ ਚੁੱਕੀ ਆ। ਉਸ ਤੋਂ ਉਪਰੰਤ ਲੋਕ ਇਕੱਠੇ ਹੋਏ, ਪਿੰਡ ਵਾਲੇ ਇਕੱਠੇ ਹੋਏ, ਇਹ ਖੇਤ ਮਜ਼ਦੂਰ ਦੀ ਧੀ ਆ, ਜੇ ਕਿਸੇ ਅਮੀਰ ਦੀ ਹੁੰਦੀ ਤਾਂ ਅਗਲਾ ਦੱਸ ਦਿੰਦਾ ਵੀ ਕੁੜੀ ਨੂੰ ਛੇੜੀਦਾ ਕਿੱਦਾਂ, ਇਹ ਤਾਂ ਫਿਰ ਬਲਾਤਕਾਰ ਵਾਲੀ ਗੱਲ ਆ ਗਈ। ਉਸ ਤੋਂ ਬਾਅਦ 9 ਮਹੀਨਿਆਂ ਦੀ ਅੱਜ ਇਹਦੀ ਬੱਚੀ ਹੋ ਚੁੱਕੀ ਆ, ਪਰ ਅੱਜ ਤੱਕ ਉਸ ਗਰੀਬ ਪਿਓ ਨੂੰ ਇਨਸਾਫ਼ ਨਹੀਂ ਮਿਲਿਆ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਮੈਨੂੰ ਦਿਖਾਇਓ, ਇਹ ਉਹ ਪਿਓ ਆ ਜਿਹਦੀ ਇਹ ਧੀ ਆ, ਇਹ ਖੇਤ ਮਜ਼ਦੂਰ ਦੀ ਧੀ ਆ, ਇਹ 5 ਧੀਆਂ ਨੂੰ ਪਾਲਦਾ, ਦਰ ਦਰ ਦੀਆਂ ਠੋਕਰਾਂ ਖਾਂਦਾ ਪਿਆ ਆ। ਇਹਦੀਆਂ ਦੋਧੀਆਂ ਨਹੀਂ, ਇੱਕ ਮੈਂਟਲੀ ਅਬਨੋਰਮਲ ਆ ਬੱਚੀ ਆ, ਇਹਨੂੰ ਸੁਣਦਾ ਨਹੀਂ। ਆਹ ਜਿਹੜੀ ਧੀ ਸੀਗੀ ਇਹ 13 ਸਾਲ ਦੀ ਉਮਰ ਦੇ ਵਿੱਚ ਕੁਵਾਰੀ ਮਾਂ ਬਣ ਕੇ ਇਹਦੇ ਨਾਲ ਰੇਪ ਹੋ ਗਿਆ। ਅਸੀਂ ਮੁੱਖ ਮੰਤਰੀ ਕੋਲ ਜਾ ਸਕਦੇ ਸੀ, ਜਦੋਂ ਸਰਕਾਰ ਮੇਰੇ ਨਾਲ ਸੰਪਰਕ ਕੀਤਾ ਸੀਗਾ ਵੀ ਚਲੋ ਆਪਾਂ CM ਸਾਹਿਬ ਨੂੰ ਜਾ ਕੇ ਦਰਖਾਸਤ ਬੇਨਤੀ ਲਾਉਂਦੇ ਹਾਂ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ, ਇਹ ਬੱਚੀ ਕੁੜੀ ਨੂੰ ਇਨਸਾਫ਼ ਦਿੱਤਾ ਜਾਵੇ। ਆਹ ਦੇਖੋ ਤੁਸੀਂ ਇਸ ਬੱਚੀ ਵੱਲ ਦੇਖੋ, ਇਸ ਬੱਚੀ ਨੂੰ ਪਿਓ ਦਾ ਨਾਮ ਕਦੋਂ ਮਿਲੂਗਾ? ਅਸੀਂ ਦਵਾਵਾਂਗੇ ਪਿਓ ਦਾ ਨਾਮ। ਅਸੀਂ ਇਸ ਬੱਚੀ ਨੂੰ ਇਹ ਨਿਸ਼ਚੇ ਲੈ ਕੇ ਇਸ ਵਾਅਦਾ ਕੀਤਾ ਵੀ ਚੱਲ ਅਸੀਂ ਤੇਰੇ ਲਈ ਲੜਾਈ ਲੜਾਂਗੇ। ਅੱਜ 20 ਦਿਨ ਹੋ ਗਏ,
ਸੀਐਮ ਸਾਹਿਬ ਕੋਲ ਚਲੇ ਗਏ, ਉਹਨਾਂ ਨੇ ਓਐਸਟੀ ਨੇ ਐਸਐਸਪੀ ਨੂੰ ਕਹਿਤਾ, ਐਸਐਸਪੀ ਸਾਹਿਬ ਤੇ 10 ਵਾਰ ਮੈਂ ਜਾ ਕੇ ਗੇੜੇ ਨੇ ਕੱਢੇ ਆਇਆ ਪਰਿਵਾਰ ਨੂੰ ਲੈ ਗਿਆ। ਪੁਲਿਸ ਨੇ ਜਦੋਂ 2-3 ਵਾਰ ਰੇਡ ਕੀਤੀ ਤਾਂ ਇੰਸਪੈਕਟਰ ਦੀ ਬਦਲੀ ਵੀ ਕਰਵਾਤੀ। ਕਿਉਂ? ਕਿਉਂਕਿ ਉਹ ਜਿਹੜਾ ਮੁੰਡਾ ਜਿਹਦੇ ਉੱਤੇ ਇਹ FIR ਹੋ ਗਿਆ, ਸੋਨੂੰ ਚੰਦੂਸ਼ੇਖਰ ਦਾ ਪਰਚਾ ਦਰਜ ਹੋਇਆ ਆ, ਉਹ ਵੀ ਇੱਕ ਰਿਸ਼ਤੇਦਾਰ ਜਿਹੜੀ ਆ ਬਹੁਤ ਵੱਡੀ ਲੀਡਰ ਆ ਇਲਾਕੇ ਦੀ, ਪਹਿਲਾਂ ਅਕਾਲੀ ਦਲ 'ਚ ਹੁੰਦੀ ਸੀਗੀ, ਹੁਣ ਉਹ ਕਾਂਗਰਸ ਵਿੱਚ ਆ, ਉਹਨੇ ਇੰਸਪੈਕਟਰ ਦੀ ਬਦਲੀ ਵੀ ਕਰਾਤੀ। ਇੱਥੋਂ ਤੱਕ ਕਿ ਸਾਡੇ ਸਮਾਜ ਦਾ ਕਾਲਾ ਚਿਹਰਾ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ। 13 ਸਾਲ ਦੀ ਕੁੜੀ ਅੱਜ ਮਾਂ ਬਣੀ ਹੋਈ ਆ, ਪਰ ਇਹਨੂੰ ਇਨਸਾਫ ਨਹੀਂ ਮਿਲਿਆ। ਅੱਜ ਅਸੀਂ ਸੜਕਾਂ ਤੇ ਖੜੇ ਹਾਂ, ਰੋਸ ਧਰਨੇ ਦਿੰਦੇ ਪਏ ਹਾਂ ਵੀ ਲੋਕੋ ਇਨਸਾਫ ਦੇ ਦਿਓ, ਕੈਪਟਨ ਸਾਹਿਬ ਰੱਬ ਦਾ ਵਾਸਤਾ ਜਾਗੋ ਕੈਪਟਨ ਸਾਹਿਬ, ਆ ਕੀ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ? 13 ਸਾਲ ਦੀ ਕੁੜੀ ਦੇ ਨਾਲ ਬਲਾਤਕਾਰ ਹੋਇਆ, ਅੱਜ 9 ਮਹੀਨਿਆਂ ਦੀ ਉਹਦੀ ਧੀ ਹੋ ਗਈ। ਕੈਪਟਨ ਸਾਹਿਬ ਮੈਂ ਕਹਿੰਦਾ ਹੱਥ ਜੋੜ ਕੇ ਬੇਨਤੀ ਆ ਜੀ, ਤੁਹਾਡੇ ਦਰ ਤੋਂ ਖਾਲੀ ਹੱਥ ਮੁੜ ਕੇ ਆਏ ਹਾਂ, ਤੁਸੀਂ ਉਹ ਬੰਦੇ ਨੂੰ ਅਰੈਸਟ ਕਰੋ, ਅਰੈਸਟ ਕਰੋ ਕੈਪਟਨ ਸਾਹਿਬ, ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸੀਗੀਆਂ, ਸਾਡੀਆਂ ਉਮੀਦਾਂ ਦੇ ਪਾਣੀ ਫੇਰ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਦੋਸਤੋ ਤੁਸੀਂ ਦੇਖ ਲਿਆ ਦਰਿੰਦਗੀ ਦਾ ਨੰਗਾ ਨਾਚ, ਕਿੱਥੇ ਆ ਸਾਡੀਆਂ ਸਰਕਾਰਾਂ, ਕਿੱਥੇ ਆ ਸਾਡਾ ਪ੍ਰਸ਼ਾਸਨ, ਕੀ ਹੁਣ ਆਮ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ, ਉਹਨੂੰ ਇਨਸਾਫ ਨਹੀਂ ਮਿਲ ਸਕਦਾ? ਇਹੀ ਜੇ ਕਿਸੇ ਲੀਡਰ ਦੇ ਘਰ 'ਚ ਇਹ ਘਟਨਾ ਹੋਈ ਹੁੰਦੀ ਤਾਂ ਰਾਤੋ ਰਾਤ ਇਨਸਾਫ ਮਿਲ ਜਾਣਾ ਸੀ, ਪਰ ਇੱਥੇ ਕੀ ਆ, ਸਾਡਾ ਸਿਸਟਮ ਕੀ ਬਣ ਚੁੱਕਾ, ਗਰੀਬ ਬੰਦਾ ਦਰ ਦਰ ਤੇ ਠੋਕਰਾ ਖਾ ਰਿਹਾ ਸਿਰ ਇਨਸਾਫ ਲਈ। ਸੀਐਮ ਸਾਹਿਬ ਕੋਲ ਵੀ ਜਾਇਆ, ਪ੍ਰਸ਼ਾਸਨ ਕੋਲ ਵੀ ਜਾਇਆ, ਪਰ ਮਿਲਿਆ ਕੀ? ਸਿਰਫ ਲਾਰੇ, ਇੱਥੇ ਸਿਰਫ ਲਾਰੇ ਮਿਲਦੇ ਪਏ ਆ। 1.5 ਸਾਲ ਹੋ ਗਿਆ, ਬੱਚੀ ਹੋ ਗਈ ਅੱਗੋ, ਪਰ ਉਹਨੂੰ ਆਪਣੇ ਪਿਓ ਦਾ ਨਾਮ ਨਹੀਂ ਪਤਾ। ਉਹ ਸ਼ਰੇ ਅੰਬਾਰ ਘੁੰਮਦਾ ਪਿਆ, ਉਹ ਦਰਿੰਦਾ ਸ਼ਰੇ ਅੰਬਾਰ ਘੁੰਮਦਾ ਪਿਆ, ਪਰ ਉਹ ਕਿਸੇ ਕਾਂਗਰਸੀ ਦਾ ਰਿਸ਼ਤੇਦਾਰ ਹੈ, ਇਸ ਕਰਕੇ ਇਹ ਕੁੜੀ ਨੂੰ ਇਨਸਾਫ ਨਹੀਂ ਮਿਲ ਰਿਹਾ। ਇਹ ਆ ਹਕੀਕਤ ਸਾਡੇ ਪੰਜਾਬ ਦੀ, ਇਹ ਕਿੱਧਰ ਤੁਰ ਪਿਆ ਸਾਡਾ ਪੰਜਾਬ, ਗੁਰੂਆਂ ਪੀਰਾਂ ਦਾ ਪੰਜਾਬ, ਸਾਨੂੰ ਸੜਕਾਂ ਤੇ ਆਉਣਾ ਪੈਂਦਾ। ਇਹ ਹਾਲਾਤ ਨੇ ਇਸ ਵੇਲੇ, ਕੋਈ ਵੀ ਇਹਦੀ ਸੁਣਵਾਈ ਨਹੀਂ ਕਰ ਰਿਹਾ, ਸਾਰੇ ਸੁੱਤੇ ਪਏ ਆ, ਸਾਰੇ ਸਿਆਸਤਦਾਨ ਸੁੱਤੇ ਪਏ ਆ, ਪ੍ਰਸ਼ਾਸਨ ਸੁੱਤੀ ਪਈ ਆ, ਕਾਨੂੰਨ ਵਿਵਸਥਾ ਠੱਲ ਪਈ ਹੋਈ ਆ, ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਆਓ ਬਾਹਰ ਨਿਕਲੀਏ ਤਾਂ ਜੋ ਆਪਾਂ ਦਰਿੰਦਿਆਂ ਨੂੰ, ਹੈਵਾਨੀਅਤ ਨੂੰ ਹਰਾ ਕੇ ਇਨਸਾਨੀਅਤ ਨੂੰ ਜਿਤਾ ਸਕੀਏ। ਇੰਨੀ ਕੁ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ। ਬਿਊਰੋ ਰਿਪੋਰਟ, ਲੁਧਿਆਣਾ ਪਿਓ।